ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜੁਝਾਰੂ ਵਰਕਰ ਜੋ ਕੱਲ੍ਹ ਨੂੰ ਦਿੱਲੀ ਜੰਤਰ ਮੰਤਰ ਦੇ ਧਰਨਾ ਹੈ ਉਸ ਦੇ ਸੰਬੰਧ ਵਿੱਚ ਰਕਾਬਗੰਜ ਗੁਰੂ ਘਰ ਦੀ ਸਰਾਂ ਵਿੱਚ ਰਾਤ ਸਮੇਂ ਹਾਜ਼ਰੀ ਦਿੰਦੇ ਹੋਏ ਹਜ਼ਾਰਾਂ ਲੋਕਾਂ ਦਾ ਇਕੱਠ ਤੁਹਾਨੂੰ ਦਿਖਾ ਦੇਈਏ ਕਿ ਕਿਵੇਂ ਯੋਧਿਆਂ ਦੇ ਹੌਸਲੇ ਬੁਲੰਦ ਨੇ। ਗਰਮੀ ਦੀ ਪਰਵਾਹ ਨਾ ਕੀਤੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਨੀਤਿਕ ਦੀ ਇੱਕ ਕਾਲ 'ਤੇ ਹਜ਼ਾਰਾਂ ਦਾ ਹਜੂਮ ਜੋ ਕਿ ਹਜੇ ਸ਼ਾਮ ਵਾਲੀਆਂ ਟ੍ਰੇਨਾਂ 'ਤੇ ਵੀ ਕਿਸਾਨ ਆਪਣੇ ਦਿੱਲੀ ਪਹੁੰਚ ਰਹੇ ਨੇ। ਆਹ ਦੇਖੋ ਜੁਝਾਰੂ ਵਰਕਰ ਆਰਾਮ ਕਰ ਰਹੇ ਨੇ ਰਕਾਬਗੰਜ ਗੁਰੂ ਘਰ ਦੀ ਸਰਾਂ ਵਿੱਚ। ਹਜ਼ਾਰਾਂ ਦਾ ਇਕੱਠ ਇੱਧਰ ਵੀ ਦੇਖੋ ਦੂਰ ਤੱਕ ਮੇਰੀਆਂ ਮਾਵਾਂ ਭੈਣਾਂ ਵੀ ਧਰਨੇ 'ਤੇ ਪਹੁੰਚੀਆਂ ਹੋਈਆਂ ਨੇ। ਦੇਖੋ ਦੂਰ ਦੂਰ ਤੱਕ ਕਿਸਾਨਾਂ ਦੇ ਹੌਸਲੇ ਪੂਰੇ ਬੁਲੰਦ ਨੇ। ਇੱਧਰੋਂ ਵੀ ਪੂਰੀ ਸਰਾਂ ਕਵਰ ਕੀਤੀ ਹੋਈ ਹੈ।